ਤਾਂ ਬੰਟੀ ਰਮਾਣਾ ਇਸ ਵਕਤ ਇੱਥੇ ਪਹੁੰਚੇ ਹੋਏ ਨੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਨੇ ਨਾਲ ਨਾਲ ਰੋਜੀ ਸਾਹਿਬ ਜਿਹੜੇ ਨੇ ਇਹਨਾਂ ਦੇ ਮੌਜੂਦ ਨੇ ਤਾਂ ਗੱਲਬਾਤ ਇਹਨਾਂ ਨਾਲ ਕਰ ਰਹੇ ਆ। ਸਰ ਅੱਜ ਬੜੇ ਲੋਕ ਯਾਦ ਕਰ ਰਹੇ ਬਾਦਲ ਸਾਹਿਬ। ਦੇਖੋ ਅੱਜ ਬਾਦਲ ਸਾਹਿਬ ਦੀ ਪਹਿਲੀ ਬਰਸੀ ਅਤੇ ਬੜੀ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤ ਉਹਨਾਂ ਨੂੰ ਸ਼ਰਧਾ ਦੇ ਫੁੱਲ ਪੇਟ ਅਤੇ ਉਹਨਾਂ ਨੂੰ ਯਾਦ ਕਰਨ ਲਈ ਇੱਥੇ ਹਾਜ਼ਰ ਹੋਏ ਆ, ਕਿਉਂਕਿ ਬਾਦਲ ਸਾਹਿਬ ਸਾਰਿਆਂ ਲਈ ਇੱਕ ਬੜਾ ਵੱਡੇ ਪ੍ਰੇਰਿਤ ਸਰੋਤਾ ਸਨ ਅਤੇ ਉਹਨਾਂ ਦੀ ਕਮੀ ਹਮੇਸ਼ਾ ਪੰਜਾਬ ਨੂੰ, ਪੰਜਾਬੀਅਤ ਨੂੰ ਅਤੇ ਖਾਸ ਕਰਕੇ ਅਕਾਲੀ ਦਲ ਦੇ ਪਰਿਵਾਰ ਨੂੰ ਹਮੇਸ਼ਾ ਮਹਿਸੂਸ ਹੁੰਦੀ ਰਹੂਗੀ। ਪਰ ਪਰਮਾਤਮਾ ਗੁਰੂ ਮਹਾਰਾਜ ਬਖਸ਼ਿਸ਼ ਕਰਨ, ਉਹਨਾਂ ਨੂੰ ਉੱਥੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਅਤੇ ਪਿੱਛੇ ਸਾਰੇ ਹੀ ਪਰਿਵਾਰ ਨੂੰ, ਅਕਾਲੀ ਦਲ ਨੂੰ, ਮਤਲਬ ਕਿ ਪਰਮਾਤਮਾ ਬਲ ਬਖਸ਼ੇ। ਕੀ ਲੱਗਦਾ ਜਿਸ ਤਰੀਕੇ ਕਹਿੰਦੇ ਕਿ ਦੁਸ਼ਮਣਾਂ ਦਾ ਵੀ, ਵਿਰੋਧੀਆਂ ਦਾ ਵੀ ਬੜਾ ਸਤਿਕਾਰ ਕਰਦੇ ਸੀਗੇ? ਦੇਖੋ ਤੁਸੀਂ ਵਿਧਾਨ ਸਭਾ 'ਚ ਵੀ ਹੁਣ ਦੇਖਿਆ ਹੋਣਾ ਵੀ ਬਾਦਲ ਸਾਹਿਬ ਦੀ ਲਿਆਕਤ, ਬਾਦਲ ਸਾਹਿਬ ਦਾ ਸਲੀਕਾ ਅਤੇ ਤਰੀਕਾ, ਉਹ ਹਮੇਸ਼ਾ ਵਿਰੋਧੀਆਂ ਨੂੰ ਮਤਲਬ ਕਿ ਪਿਆਰ ਦੇ ਨਾਲ ਮਾਰਦੇ ਸੀ, ਨਾ ਕਿ ਗੁੱਸੇ ਨਾਲ, ਜੋ ਅੱਜ ਕੱਲ੍ਹ ਦੇ ਮੁੱਖ ਮੰਤਰੀ ਸਾਹਿਬ ਕਰ ਰਹੇ ਆ। ਉਹਨਾਂ ਨੂੰ ਵੀ ਬਾਦਲ ਸਾਹਿਬ ਤੋਂ ਜੋ ਪੁਰਾਣੀਆਂ ਮਤਲਬ ਕਿ ਉਹਨਾਂ ਨੇ ਦੇਖਿਆ ਹੋਣਾ, ਉਹ ਸਾਰਾ ਕੁਝ ਸਿੱਖਣਾ ਚਾਹੀਦਾ। ਅੱਜ ਕੱਲ੍ਹ ਦੇ ਲੀਡਰਾਂ ਨੂੰ ਕੀ ਕੁਝ ਸਿੱਖਣਾ ਚਾਹੀਦਾ ਹੈ, ਜਿਹੜੀਆਂ ਗੱਲਾਂ ਹਮੇਸ਼ਾ ਤੁਸੀਂ ਫੋਲੋ ਕਰਦੇ ਆਏ? ਦੇਖੋ ਸਭ ਤੋਂ ਜ਼ਰੂਰੀ ਆ ਜਿਹੜਾ ਅੱਜ ਕੱਲ੍ਹ ਦੇ ਲੀਡਰ ਸਾਹਿਬਾਨਾਂ ਨੂੰ, ਜਿਹੜਾ ਸੇਵਾਦਾਰ ਆ ਉਹਨੂੰ ਠਰਮੇ ਨਾਲ, ਹੌਂਸਲੇ ਨਾਲ ਚੱਲਣਾ ਚਾਹੀਦਾ। ਅਤੇ ਬੜਾ ਮਤਲਬ ਕਿ ਲਿਆਕਤ ਬਾਦਲ ਸਾਹਿਬ ਤੋਂ ਸਿੱਖ ਕੇ, ਜੋ ਬਾਦਲ ਸਾਹਿਬ ਨੇ ਮਤਲਬ ਕਿ ਜੋ ਵੀ ਉਹਨਾਂ ਨੇ ਆਪਣੀ ਰਵਾਇਤ ਕਹਿ ਲਓ, ਪਿਰਤ ਕਹਿ ਲਓ ਪਾਈ ਆ, ਉਸ 'ਤੇ ਹੀ ਚੱਲਣਾ ਚਾਹੀਦਾ ਸਾਰਿਆਂ ਨੂੰ। ਬਿਲਕੁਲ, ਇਸ ਵਕਤ ਗੱਲਬਾਤ ਕੀਤੀ ਜਾਵੇ ਤਾਂ ਇੱਧਰ ਬੰਟੀ ਰਮਾਣਾ ਸਾਹਿਬ ਜਿਹੜੇ ਨੇ ਉਹ ਹੀ ਗੱਲਬਾਤ, ਦੁਨੀਆ ਛੱਡ ਕੇ ਚਲੇ ਗਏ, ਬਟ ਬਾਦਲ ਸਾਹਿਬ ਦੀ ਲੋਕਾਂ ਦੀਆਂ ਦਿਲਾਂ ਦੇ ਵਿੱਚ, ਲੋਕਾਂ ਦੇ ਮਨਾਂ ਵਿੱਚ ਅਤੇ ਲੋਕਾਂ ਦੀਆਂ ਯਾਦਾਂ ਵਿੱਚ ਬਾਦਲ ਸਾਹਿਬ ਹਮੇਸ਼ਾ ਜ਼ਿੰਦਾ ਰਹਿਣਗੇ ਅਤੇ ਲੋਕ ਹਮੇਸ਼ਾ ਬਾਦਲ ਸਾਹਿਬ ਦੀ ਕੰਟਰੀਬਿਊਸ਼ਨ ਨੂੰ, ਦੇਣ ਨੂੰ ਸਤਿਕਾਰ ਦਿੰਦੇ ਰਹਿਣਗੇ ਅਤੇ ਯਾਦ ਕਰਦੇ ਰਹਿਣਗੇ। ਬਾਦਲ ਸਾਹਿਬ ਦੀ ਜੇ ਤੁਸੀਂ ਗੱਲ ਕਰੋ ਤਾਂ ਬਾਦਲ ਸਾਹਿਬ ਦੇ ਕੱਦ ਦਾ, ਬਾਦਲ ਸਾਹਿਬ ਦੇ ਸਟੇਚਰ ਦਾ, ਲੀਡਰ ਪੰਜਾਬ ਦਾ ਛੱਡੋ, ਹਿੰਦੁਸਤਾਨ ਦੇ ਵਿੱਚ ਅੱਜ ਵੀ ਠੀਕ ਹੈ, ਲੀਡਰ ਬੜੇ ਵੱਡੇ ਰੁਤਬਿਆਂ 'ਤੇ ਪਹੁੰਚ ਗਏ ਨੇ, ਮੈਂ ਬੜੇ ਸਤਿਕਾਰ ਨਾਲ ਕਹਿੰਦਾ, ਚਾਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੀ ਹੈ, ਪ੍ਰਧਾਨ ਮੰਤਰੀ ਬਣ ਗਏ, ਦੋ ਵਾਰੀ ਬਣ ਗਏ, ਤੀਜੀ ਵਾਰੀ ਇਲੈਕਸ਼ਨ 'ਚ ਜਾ ਰਹੇ ਹੈ, ਬਹੁਤ ਵੱਡੀ ਪ੍ਰਾਪਤੀ ਹੈ। ਪਰ ਉਹ ਵੀ ਜੇ ਤੁਸੀਂ ਦੇਖੋ ਤਾਂ ਹਮੇਸ਼ਾ ਆਪਦੀ ਇਲੈਕਸ਼ਨ ਵੇਲੇ ਜਾਂ ਕੋਈ ਵੀ ਵੱਡਾ ਜਦੋਂ ਕਾਰਜ ਕਰਨਾ ਸੀ, ਬਾਦਲ ਸਾਹਿਬ ਦਾ ਆਸ਼ੀਰਵਾਦ ਲੈ ਕੇ ਅਤੇ ਫਿਰ ਸ਼ੁਰੂ ਕਰਦੇ ਸੀ। ਉੱਥੋਂ ਤੁਹਾਨੂੰ ਬਾਦਲ ਸਾਹਿਬ ਦੇ ਸਟੇਚਰ ਦਾ ਪਤਾ ਲੱਗਦਾ। ਜਿਸ ਦਿਨ ਬਾਦਲ ਸਾਹਿਬ ਇਸ ਦੁਨੀਆ ਨੂੰ ਛੱਡ ਕੇ ਗਏ, ਜਿਸ ਤਰ੍ਹਾਂ ਨਾਲ ਅਕਰੋਸ ਪਾਰਟੀ ਲਾਈਨਸ, ਸਾਰੇ ਹਿੰਦੁਸਤਾਨ ਦੀਆਂ ਪਾਰਟੀਆਂ, ਚਾਹੇ ਉਹ ਨੈਸ਼ਨਲ ਹੋਣ ਚਾਹੇ ਰੀਜਨਲ ਹੋਣ, ਰੀਜਨਲ ਪਾਰਟੀਜ਼ ਵੀ ਖਾਸ ਤੌਰ 'ਤੇ, ਕਿਉਂਕਿ ਬਾਦਲ ਸਾਹਿਬ ਦੀ ਜਿਹੜੀ ਕੰਟਰੀਬਿਊਸ਼ਨ ਫੈਡਰਲਿਜ਼ਮ ਨੂੰ ਸੀ, ਫੈਡਰਲ ਸਟਰਕਚਰ ਨੂੰ ਸੀ, ਸੂਬਿਆਂ ਦੇ ਅਧਿਕਾਰਾਂ ਵਾਸਤੇ ਬਾਦਲ ਸਾਹਿਬ ਨੇ ਲੜਾਈ ਲੜੀ ਸੀ, ਉਹ ਸਾਰੀਆਂ ਰੀਜਨਲ ਪਾਰਟੀ ਸਮਝਦੀਆਂ। ਸੋ ਸਾਰੀਆਂ ਪਾਰਟੀਆਂ ਨੇ ਅਕਰੋਸ ਪਾਰਟੀ ਲਾਈਨਸ ਉੱਠ ਕੇ ਜਿਸ ਤਰ੍ਹਾਂ ਨਾਲ ਬਾਦਲ ਸਾਹਿਬ ਨੂੰ ਸਤਿਕਾਰ ਦਿੱਤਾ, ਅੱਜ ਤੱਕ ਹਿੰਦੁਸਤਾਨ ਦੇ ਇਤਿਹਾਸ 'ਚ 75-80 ਵਰੇ ਹੋ ਚੱਲੇ ਆਜ਼ਾਦ ਹੋਇਆ, ਵੱਡੇ ਲੀਡਰ ਆਏ, ਵੱਡੇ ਲੀਡਰ ਗਏ, ਬਟ ਇਸ ਤਰ੍ਹਾਂ ਦਾ ਸਤਿਕਾਰ ਕਿਸੇ ਲੀਡਰ ਦੇ ਜਾਣ 'ਤੇ ਹਿੰਦੁਸਤਾਨ ਦੇ ਲੋਕਾਂ ਨੇ ਨਹੀਂ ਦਿੱਤਾ। ਦੇਖੋ ਬਾਦਲ ਸਾਹਿਬ ਦੇ ਤਾਂ ਚੱਲੇ ਹੋਏ ਰਸਤੇ 'ਤੇ ਜੇ ਅਸੀਂ ਤੁਰਦੇ ਜਾਈਏ ਨਾ ਜੀ, ਤਾਂ ਪੰਜਾਬ ਦੇ ਲੋਕਾਂ ਦੇ ਅਤੇ ਦੇਸ਼ ਦੀਆਂ ਲੋਕਾਂ ਦੇ ਹਰ ਇੱਕ ਸੁਪਨਾ ਪੂਰਾ ਹੋ ਜਾਣਾ। ਬਾਦਲ ਸਾਹਿਬ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ, ਦੁਨੀਆ ਹਿੰਦੁਸਤਾਨ ਦੇ ਅਤੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਛੂ ਕੇ ਗਏ ਹੈ। ਸੋ ਬਾਦਲ ਸਾਹਿਬ ਨੇ ਜਿਵੇਂ
ਨਿਮਰਤਾ ਨਾਲ ਲੋਕਾਂ ਦਾ ਸਤਿਕਾਰ ਕਰਦੇ ਹੋਏ, ਲੋਕਾਂ ਦੇ ਹਰ ਫੈਸਲੇ ਦਾ ਸਤਿਕਾਰ ਕਰਦੇ ਹੋਏ, ਚਾਹੇ ਉਹ ਤੁਹਾਡੇ ਹੱਕ ਵਿੱਚ ਜਾਵੇ ਚਾਹੇ ਨਾ ਜਾਵੇ, ਉਹਨਾਂ ਰਸਤਿਆਂ 'ਤੇ ਚੱਲਦੇ ਰਹੀਏ। ਮੈਂ ਕਹਿੰਦਾ ਬਾਦਲ ਸਾਹਿਬ ਦੇ 5% ਵੀ ਅਸੀਂ ਉਸ ਤਰ੍ਹਾਂ ਨਾਲ ਲੋਕਾਂ ਦੀ ਸੇਵਾ ਕਰ ਲਈਏ, ਆਪਦੀ ਜ਼ਿੰਦਗੀ ਨੂੰ ਕਾਮਯਾਬ ਸਮਝਾਂਗੇ। ਧੰਨਵਾਦ। ਬਿਲਕੁਲ, ਇਸ ਵਕਤ ਬੱਟੀ ਰਵਾਣਾ ਸਾਹਿਬ ਜਿਹੜੇ ਨੇ ਗੱਲ ਕਰ ਰਹੇ ਸੀਗੇ, ਤਾਂ ਰੋਜੀ ਬਰਕੰਦੀ ਸਾਹਿਬ ਦੀ ਗੱਲਬਾਤ ਵੀ ਤੁਹਾਨੂੰ ਸੁਣਾਈ ਹੈ ਕਿ ਲੋਕ ਜਿਹੜੇ ਨੇ ਅੱਜ ਉਹਨਾਂ ਸਿੱਖਿਆ ਲੈਣ ਦੀ ਲੋੜ ਹੈ ਬਾਦਲ ਸਾਹਿਬ ਤੋਂ ਕਿ ਉਹ ਕਿਸ ਤਰੀਕੇ ਨਾਲ ਕੰਮ ਕਰਦੇ ਸੀ, ਕਿਸ ਤਰੀਕੇ ਨਾਲ ਲੋਕਾਂ ਦੇ ਪੱਖ ਦੀ ਗੱਲ ਜਿਹੜੇ ਨੇ ਬਾਦਲ ਸਾਹਿਬ ਹਮੇਸ਼ਾ ਕਰਦੇ ਰਹੇ ਨੇ। ਪਿੰਡ ਬਾਦਲ ਤੋਂ ਕੈਮਰਾ ਪਰਸਨ ਮਨਪ੍ਰੀਤ ਸਿੰਘ ਚੱਜਦੇ ਨਾਲ, ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।